बोलिए जगत गुरु भगवान श्री चंद्र महाराज की जय। आओ आ तुहानू दर्शन करवाउणे आ बहुत ही पवित्र अस्थान उदासन डेरा माता पंजाब कौर जी पिंड नंगल अंबियां नेड़े शाहकोट जिला जलंधर जिथे माता पंजाब कौर की याद विच सालाना जोड़ मेला बहुत ही श्रद्धा नाल मनाया गया। अस्थान के मौजूदा गद्दी नशीन महंत चेतन दास जी समूह नगर निवासी इलाके दी संगतां देश विदेश दी संगतां दे सहयोग नाल करवाए गए समागम मौके आरंभ किए पाठां दे भोग पाए गए। इस मौके झंडा रसम भी की गई अते विशाल हवन जग भी होए। इन्हां समागमां दे अखीरले दिन वख-वख रागी ढाडी अते कविश्री जथिआं ने लंबा समा संतां दी महिमा दा गुणगान किया। समागम मौके देशों विदेशों तो बड़ी गिनती भी संगतां पुज के अस्थान ते नतमस्तक होईयां ते अपना जीवन सफला किया। जो भी तेरे धरती आए सपना
ना आ पल्ले बिछाए जो भी तेरे दर ते आए, सपना आ पल्ले बिछाए निमाड़ा जो बन के आया खाली ना इतो जाए। सपना दिया सुख का दो जी चला।
Bye.
ताल मर धंगा
जी की फतेह। श्री भगवत जी साहेब श्री भगवत जी के पातशाह दसवीं प्रथम भगवत गुरु नानक ले त्याय फिर अंगद गुर ते अमरदास राम दसवीं सहाय अर्जुन हर गोबिंद रहो सिमरो श्री हर राय श्री हर कृष्ण त्याय जिस रठे सब जाए तेग बहादुर सिमरिया घर नौन दयावै ताए साथाई सहाय दसवें पातशाह श्री गुरु गोबिंद सिंह साहिब जी साथाई सहाय दसां पातशाहियां दी जोत श्री गुरु ग्रंथ साहिब जी दे पाठ दर्शन दीदार दा ध्यान रखे खालसा जी बोलो जी ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਿਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖਰੀਆਂ ਦੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗ ਨਿਵਾਹੇ ਦਿਨਾਂ ਦੇ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਬ ਭਗਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਦੇਗ ਫਤਿਹ ਬਿਰਦ ਕੇ ਪੈਜ ਪੰਥ ਕੇ ਜੇਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਦਾ ਰਾਖਾ ਆਪ ਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਰਾਹ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਵਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਅਰਦਾਸ ਬੇਨਤੀ ਯੋਧ ਰਿਕਾ ਦੇ ਪਾਤਸ਼ਾਹ ਆਪ ਜੀ ਦਾ ਫਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਅੰਮ੍ਰਿਤ ਬਾਣੀ ਹਰ ਹਰ ਤੇਰੇ ਸੁਣ ਸੁਣ ਹੋਵੇ ਪਰਮ ਗਤ ਮੇਰ ਦੇ ਮਾਵਾ ਕਨਸਰ ਧੰਨ ਧੰਨ ਮਾਤਾ ਪੰਜਾਬ ਕੌਰ ਜੀਓ ਆਪ ਜੀ ਅਸਥਾਨਾਂ ਦੇ ਆਪ ਜੀ ਦਾ ਸਲਾਨਾ ਜੋੜ ਮੇਲਾ ਮਨਾਉਂਦਿਆਂ ਹੋਇਆ ਸਮੂਹ ਨਗਰ ਨਿਵਾਸੀ ਲਾਗੇ ਦੀ ਸੰਗਤ ਵੱਲੋਂ ਅਤੇ ਸਮੂਹ ਮਹੰਤ ਚੇਤਨ ਦਾਸ ਪਰਿਵਾਰਾਂ ਵੱਲੋਂ ਆਪ ਜੀ ਸਥਾਨਾਂ ਦੇ ਇਕੱਤਰ ਹੋ ਕੇ ਪਰਸੋਂ ਰੋਜ਼ ਤੋਂ ਦੂਸਰੀ ਲੜੀ ਦੇ ਧੁਰਗੀ ਬਾਣੀ ਆਏ ਤਿੰਨ ਸਗਲੇ ਚਿੰਤ ਵਟਾਏ ਦੇ ਸ੍ਰੀ 19 ਅਖੰਡ ਪਾਠ ਸਾਹਿਬ ਅਤੇ 20 ਮਹਾਂਪਾਠ ਮਾਤਰਾ ਸਾਹਿਬ ਦੇ ਪਾਠ ਆਰੰਭ ਕਰਵਾਏ ਸਨ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਸਰਦਾਰ ਗੁਰਸੇਵਕ ਸਿੰਘ ਸਾਨੂੰ ਸਰਦਾਰ ਧਿਆਨ ਸਿੰਘ ਆਪ ਜੀ ਨੇ ਕਿਰਪਾ ਕੀਤੀ ਹੈ ਗੁਰਸੇਵਕ ਸਿੰਘ ਦੇ ਅਮਰੀਕਾ ਵਿੱਚ ਪੱਕੇ ਹੋਣ ਦੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਪਿੰਡ ਗਿੱਦੜ ਪਿੰਡੀ ਤੋਂ ਪਾਤਸ਼ਾਹ ਜੀ ਕਿਰਪਾ ਕਰਨੀ ਤੰਦਰੁਸਤੀ ਦੇਰ ਉਤਾਰ ਚਰਨੀਆਂ ਕਾਹ ਬਖਸ਼ਿਸ਼ ਕਰਨੀਆਂ ਦੇਸਾਂ ਪ੍ਰਦੇਸਾਂ 'ਚ ਅੰਗ ਸੰਭ ਹੋ ਕੇ ਸਹਾਇਤਾ ਕਰਨੀ ਸੇਵਕ ਪਰਿਵਾਰ ਦੀਆਂ ਸ਼ੌਕ ਭਾਵਨਾ ਪੂਰੀਆਂ ਕਰਨੀਆਂ ਦੂਸਰਾ ਸ੍ਰੀ ਅਖੰਡ ਪਾਠ ਸਾਹਿਬ ਸਰਦਾਰ ਗਗਨਦੇਵ ਸਿੰਘ ਵਾਈਫ ਆਫ ਅਮਨਪ੍ਰੀਤ ਕੌਰ ਦੇ ਉਦੇਸ਼ ਵਿੱਚ ਪੱਕੇ ਹੋਣ ਦੀ ਖੁਸ਼ੀ ਵਿੱਚ ਪਿੰਡ ਕੋਟ ਬਾਦਲ ਖਾਂ ਤੋਂ ਤੀਸਰਾ ਸ੍ਰੀ ਅਖੰਡ ਪਾਠ ਸਾਹਿਬ ਸਰਦਾਰ ਮੇਜਰ ਸਿੰਘ ਦੇ ਪੁੱਤਰੇ ਕਾਕਾ ਗੁਰਫਤਿਹ ਸਿੰਘ ਦੇ
ਜਨਮ ਦਿਨ ਦੀ ਖੁਸ਼ੀ ਵਿੱਚ ਪਿੰਡ ਕੋਟ ਬਾਦਲ ਖਾਂ ਤੋਂ ਸ਼ੁਕਰਾਨੇ ਵਜੋਂ ਚੌਥਾ ਸ੍ਰੀ ਅਖੰਡਪੁਰ ਸਾਹਿਬ ਸਰਦਾਰ ਦੀਦਾਰ ਸਿੰਘ ਢਿੱਲੋਂ ਉਦੇਸ਼ ਵਿੱਚ ਪੱਕੇ ਹੋਣ ਦੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਪਿੰਡ ਮਹਿਰਮਪੁਰ ਤੋਂ ਮਨੋਕਾਮਨਾ ਪੂਰੀਆਂ ਕਰਨੀਆਂ ਕਾਲਜ ਰਾਸਕਰ ਨੇ ਸ਼ੁਭ ਭਾਵਨਾ ਪੂਰੀਆਂ ਕਰਨੀਆਂ ਪੰਜਵਾਂ ਸ੍ਰੀ ਅਖੰਡਪੁਰ ਸਾਹਿਬ ਸਰਦਾਰ ਸੁਰਜੀਤ ਸਿੰਘ ਸਾਡਾ ਸਰਦਾਰ ਦਿਲਬਾਗ ਸਿੰਘ ਮਾਤਾ ਜੀ ਕਿਰਪਾ ਕਰਨੀ ਤੰਦਰੁਸਤੀ ਦੇਹ ਰੋਤਾ ਚੜ੍ਹਵੀਆਂ ਕਾਲ ਬਖਸ਼ਿਸ਼ ਕਰਨੀਆਂ ਪਿੰਡ ਫਤਿਹਵਾਲ ਅਜਨਾਲਾ ਤੋਂ ਸੇਵਾ ਸ੍ਰੀ ਅਖੰਡਪੁਰ ਸਾਹਿਬ ਸਰਦਾਰ ਨਿਰਮਲ ਸਿੰਘ ਸਾਨੂੰ ਸਰਦਾਰ ਮਹਿੰਦਰ ਸਿੰਘ ਪਿੰਡ ਲੋਹਗੜ੍ਹ ਤੋਂ ਸ਼ਗਰਾਨੇ ਵਜੋਂ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਦੇਸਾਂ ਪ੍ਰਦੇਸਾਂ 'ਚ ਕਾਰੋਬਾਰ ਤਰੱਕੀਆਂ ਬਖਸ਼ਿਸ਼ ਕਰਨੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਤਵਾਂ ਸ੍ਰੀ ਅਖੰਡਪੁਰ ਸਾਹਿਬ ਸਰਦਾਰ ਨਰਿੰਦਰ ਸਿੰਘ ਸਾਨੂੰ ਸਰਦਾਰ ਸੇਵਾ ਸਿੰਘ ਪਿੰਡ ਭੁੰਗਰਨੀ ਤੋਂ ਤੰਦਰੁਸਤੀ ਦੇਹ ਰੋਗਤਾ ਚੜ੍ਹਨੀਆਂ ਕਾਲ ਬਖਸ਼ਿਸ਼ ਕਰਨੀਆਂ ਅੱਠਵਾਂ ਸ੍ਰੀ ਅਖੰਡਪੁਰ ਸਾਹਿਬ ਸਵਰਗਵਾਸੀ ਜਸਵੀਰ ਸਿੰਘ ਸਨ ਆਫ ਹਰਪ੍ਰੀਤ ਸਿੰਘ ਯੂ ਐਸ ਏ ਵਿੱਚ ਵਿਵਾਹ ਹੋਇਆ ਹੈ ਉਹਨਾਂ ਦੇ ਪੱਕੇ ਹੋਣ ਦੀ ਖੁਸ਼ੀ ਵਿੱਚ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਅਤੇ ਬੇਟੀ ਮਨਪ੍ਰੀਤ ਕੌਰ ਨੂੰ ਯੂ ਐਸ ਏ ਵਿਦੇਸ਼ ਵਿੱਚ ਪੱਕਿਆ ਕਰਨਾ ਪਿੰਡ ਢੰਡੋਵਾਲ ਤੋਂ ਨੌਵਾਂ ਸ੍ਰੀ ਅਖੰਡਪੁਰ ਸਾਹਿਬ ਸਵਰਗਵਾਸੀ ਬਿਕਰ ਸਿੰਘ ਅਤੇ ਸਵਰਗਵਾਸੀ ਮਾਤਾ ਦਰਸ਼ਨ ਕੌਰ ਦੇ ਪਰਿਵਾਰ ਨੂੰ ਤੰਦਰੁਸਤੀ ਦੇਹ ਰੋਗਤਾ ਚੜ੍ਹਨੀਆਂ ਕਾਲ ਬਖਸ਼ਿਸ਼ ਕਰਨੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਪਿੰਡ ਬੱਗੇ ਤੋਂ ਦਸਵਾਂ ਸ੍ਰੀ ਅਖੰਡਪੁਰ ਸਾਹਿਬ ਨਾਮਦੇਵ ਕੌਰ ਵਾਈਫ ਆਫ ਗੁਰਪ੍ਰੀਤ ਸਿੰਘ ਸਨ ਆਫ ਸੁਖਜਿੰਦਰ ਸਿੰਘ ਦੇ ਯੂਕੇ ਵਿੱਚ ਪੱਕੇ ਹੋਣ ਦੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਪਿੰਡ ਨੰਗਲ ਅੰਬੀਆਂ ਖੁਰਦ ਤੋਂ ਗਿਆਰਵਾਂ ਸ੍ਰੀ ਅਖੰਡਪੁਰ ਸਾਹਿਬ ਸਰਦਾਰ ਗੁਰਪ੍ਰਕਾਸ਼ ਸਿੰਘ ਸਾਨੂੰ ਸਰਦਾਰ ਮਿਲਖਾ ਸਿੰਘ ਜੈਲਦਾਰ ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਪਾਤਸ਼ਾਹ ਕਿਰਪਾ ਕਰਨੀ ਗੁਰਪ੍ਰਕਾਸ਼ ਸਿੰਘ ਨੂੰ ਤੰਦਰੁਸਤੀ ਦੇਹ ਰੋਗਤਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸ਼ੁਕਰਾਨੇ ਵਜੋਂ ਪਿੰਡ ਨੰਗਲ ਅੰਬੀਆਂ ਤੋਂ ਬਾਰਵਾਂ ਸ੍ਰੀ ਅਖੰਡਪੁਰ ਸਾਹਿਬ ਨਵਜੋਤ ਸਿੰਘ ਸਿੱਧੂ ਦੇ ਯੂ ਐਸ ਏ ਵਿੱਚ ਪੱਕੇ ਹੋਣ ਦੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਪਿੰਡ ਅਭਿਆਣਾ ਤੋਂ ਤੇਰਵਾਂ ਸ੍ਰੀ ਅਖੰਡਪੁਰ ਸਾਹਿਬ ਸਰਦਾਰ ਪ੍ਰਭਜੋਤ ਸਿੰਘ ਯੂ ਐਸ ਏ ਵਿੱਚ ਪਹੁੰਚਣ ਦੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਪਿੰਡ ਅਭਿਆਣਾ ਤੋਂ ਕਿਰਪਾ ਕਰਨੀ ਪ੍ਰਭਜੋਤ ਸਿੰਘ ਨੂੰ ਯੂ ਐਸ ਏ ਵਿੱਚ ਪੱਕਿਆ ਕਰਨਾ ਸੇਵ ਪਰਿਵਾਰ ਦੀਆਂ ਬੇਨਤੀਆਂ ਸਵੀਕਾਰ ਕਰਨੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਚੌਦਵਾਂ ਸ੍ਰੀ ਅਖੰਡਪੁਰ ਸਾਹਿਬ ਸਰਦਾਰ ਭੁਪਿੰਦਰ ਸਿੰਘ ਸਨ ਮਾਸਟਰ ਸੁਤੰਤਰ ਸਿੰਘ ਗਿੱਲ ਕਾਰੋਬਾਰ ਤਰੱਕੀਆਂ ਬਖਸ਼ਿਸ਼ ਕਰਨੀਆਂ ਤੰਦਰੁਸਤੀ ਦੇਹ ਰੋਗਤਾ ਚੜ੍ਹਦੀਆਂ ਕਾਲ ਬਖਸ਼ਿਸ਼ ਕਰਨੀਆਂ ਸ਼ੁਕਰਾਨੇ ਵਜੋਂ ਪਿੰਡ ਨੰਗਲ ਅੰਬੀਆਂ ਤੋਂ ਪੰਦਰਵਾਂ ਸ੍ਰੀ ਅਖੰਡਪੁਰ ਸਾਹਿਬ ਸਰਦਾਰ ਹਰਵਿੰਦਰ ਸਿੰਘ ਸਨ ਸਰਦਾਰ ਦੀਦਾਰ ਸਿੰਘ ਗਿੱਲ ਤੰਦਰੁਸਤੀ ਦੇਹ ਰੋਗਤਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸ਼ੁਕਰਾਨੇ ਵਜੋਂ ਪਿੰਡ ਨੰਗਲ ਅੰਬੀਆਂ ਤੋਂ ਸੋਲਵਾਂ ਸ੍ਰੀ ਅਖੰਡਪੁਰ ਸਾਹਿਬ ਸਰਦਾਰ ਪ੍ਰਗਟ ਸਿੰਘ ਸਨ ਸਰਦਾਰ ਸੁਖਵੰਤ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸ਼ੁਕਰਾਨੇ ਵਜੋਂ ਪਿੰਡ ਨੰਗਲ ਅੰਬੀਆਂ ਖੁਰਦ ਤੋਂ ਸਤਾਰਵਾਂ ਸ੍ਰੀ ਅਖੰਡਪੁਰ ਸਾਹਿਬ ਬੀਬੀ ਜੋਗਿੰਦਰ ਕੌਰ ਪੁੱਤਰੀ ਉਜਾਗਰ ਸਿੰਘ ਬਾਰੀਆ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਇੰਗਲੈਂਡ ਨਿਵਾਸੀ ਸ਼ੁਕਰਾਨੇ ਵਜੋਂ ਪਿੰਡ ਢੰਡੋਵਾਲ ਤੋਂ ਅਠਾਰਵਾਂ ਸ੍ਰੀ ਅਖੰਡਪੁਰ ਸਾਹਿਬ ਸਰਦਾਰ ਹਰਜੀਤ ਸਿੰਘ ਸਾਨੂੰ ਸਰਦਾਰ ਦਰਸ਼ਨ ਸਿੰਘ ਉਦੇਸ਼ ਪਹੁੰਚਣ ਦੀ ਖੁਸ਼ੀ ਵਿੱਚ ਸਮੂਹ ਪਰਿਵਾਰ ਵੱਲੋਂ ਤੰਦਰੁਸਤੀ ਦੇਹ ਰੋਗਤਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸ਼ੁਕਰਾਨੇ ਵਜੋਂ ਪਿੰਡ ਕੋਟਲਾ ਸੂਰਜਵਾਲ ਤੋਂ ਉੱਨੀਵਾਂ ਸ੍ਰੀ ਅਖੰਡਪੁਰ ਸਾਹਿਬ ਬੀਬੀ ਨਵਜੋਤ ਕੌਰ ਪੁੱਤਰੀ ਸੁਰਜੀਤ ਸਿੰਘ ਬਾਹਰ ਜਾਣ ਦੀ ਖੁਸ਼ੀ ਵਿੱਚ ਪਿੰਡ ਸ਼ਾਹਪੁਰ ਤੋਂ ਵੀਹਵਾਂ ਸ੍ਰੀ ਪਾਠ ਮਾਤਾ ਸਾਹਿਬ ਦਾ ਸਮੂਹ ਮਹੰਤ ਚੇਤਨ ਦਾ ਸੰਪੂਰਨ ਹੋਣ ਤੇ ਭੋਗ ਪਾਏ ਗਏ ਪਾਤਸ਼ਾਹ ਜੀ ਉਹ ਭੋਗ ਜੀ ਕੀ ਅਰਦਾਸ ਆਨੰਦ ਸਾਹਿਬ ਜੀ ਕੀ ਅਰਦਾਸ ਉਪਰੰਤ ਆਰਤੀ ਆਰਤੀ ਕੀਰਤਨ ਜੀ ਕੀ ਅਰਦਾਸ ਭੋਗ ਚੁੱਕ ਨੂੰ ਮਾਰ ਕਰਨੀ ਪਾਤਸ਼ਾਹ ਜੀ ਉਹ ਬਾਣੀ ਭੜੀ ਸੁਣੀ ਸਾਖਣ ਪ੍ਰਵਾਨ ਕਰਨੀ ਗੁਰਬਾਣੀ ਦਾ ਪ੍ਰਭਾਵ ਉਸਨੂੰ ਸਾਧ ਸੰਗਤ ਦੇ ਪਰਿਵਾਰਾਂ ਦੇ ਹਿਰਦੇ ਵਸਾਉਣਾ
नाम दान गुरसिखी जीवन चढ़दियां कला बख्शिश करनियां पातशाह जीओ जिस शरदा भावना लैके समूह परिवार वालों अखंड साहब की सेवा करवाई गई है सेवा थाए पाउणी तंदुरुस्ती देह रोगता चढ़दियां कला बख्शिश करनियां सब भावनावां पूरियां करनियां पातशाह जीओ समूह परिवार वालों आज सुंदर महले साहब भेटे किए गए हैं आप अंगीकार करो सेवकां दे लोक परलोक च पड़दे ढकने बिरत माया भेड़ा हाजर है जिस खजाने च माए खजाने भरपूर करने काल कंटक दूर करने किरत कमाइया च वादा करना नाम दान गुरसिखी जीवन चढ़दियां कला बख्शिश करनियां पातशाह जीओ आप जी का फरमान है जिसका कार्ज मीनिया मानस क्या उच्चारण ना अपने साथ पाते रहे हो आज धरका के सिर पर वाल कलचर से को खाते कोई से को पाल मरवाल जमीन से को फ्रेंड आत्रा मान को पाचे कर्मां करनी कलचर आने मेले में आज स्थाना के श्री अखाड़बर साहब कवार के सेवा करवाओं के बेटनिया सरकार करनिया कालज रात करने आने वाला समकुश दलाल वाहेगुरु जी का खालसा वाहेगुरु जी की फतेह बोले सोनिहार
ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਸੇਵਾਦਾਰਾਂ ਨੇ ਵੱਧ ਚੜ੍ਹ ਕੇ ਸੇਵਾ ਕੀਤੀ।
संगतां दा ठाठा मारदा इकट्ठ अपनी श्रद्धा दा आप सबूत दे रहा सी। साडे रिपोर्टर गौरव गर्ग शेरपुर नाल गलबात करदिआं महंत प्रयाग मुनि जी, भाग सिंहपुरा, महंत चेतन दास जी, डेरा माता पंजाब कौर जी नंगल अंबियां अते उन्हां दे चेले संत लवप्रीत दास जी ने अपने विचार सांझे कीते। डेरा माता पंजाब कौर जी पिंड नंगल अंबियां जिला जलंधर तों गौरव गर्ग शेरपुर दी एक खास रिपोर्ट। सारे तीरंग आपके चरणों में, हे गुरुदेव प्रणाम आपके चरणों में। सारे तीरंग आपके चरणों में, हे गुरुदेव प्रणाम आपके चरणों में। बेड़ी
ਦੁਨੀਆ ਨੇ ਮੇਰੀ ਬਾਹ ਫੜ ਲਈ ਜਦੋਂ ਦੁਨੀਆ ਨੇ ਮੈਥੋਂ ਅੱਖ ਫੇਰੀ ਬੁਰਾ ਨੇ ਮੇਰੀ ਬਾਹ ਫੜ ਲਈ ए समाज ने डिगदा उठाया कंछी वाले महाराज ने ठोकरा ही मारिया सी जदों ए समाज ने डिगदा उठाया कंछी वाले महाराज ने सिर झुल गई सी दुखां दी हनेरी गुरा ने मेरी बाह फड़ लई ਜਦੋਂ ਦੁਨੀਆ ਨੇ ਮੈਥੋਂ ਅੱਖ ਫੇਰੀ ਗੁਰਾ ਨੇ ਮੇਰੀ ਬਾਹ ਫੜ ਲਈ ਸ਼ੁਕਰਾਨਾ ਮੈਂ ਕੌਣ ਮੇਰੇ ਗੁਰੂ ਜਿਆ ਘੁੰਮਿਆ ਜ਼ਮਾਨਾ ਮੈਂ ਰਹਿਮਤ ਉਹਦੀ ਦਾ ਕਿੰਜ ਕਰਾਂ ਸ਼ੁਕਰਾਨਾ ਮੈਂ ਕੌਣ ਮੇਰੇ ਗੁਰੂ ਜਿਆ ਘੁੰਮਿਆ ਜ਼ਮਾਨਾ ਮੈਂ ਮੈਨੂੰ ਤਾਰਿਆ ਰਾਤਾਂ ਨਾ ਲਾਈ ਦੇਰੀ ਗੁਰਾ ਨੇ ਮੇਰੀ ਬਾਹ ਫੜ ਲਈ ਜਦੋਂ ਦੁਨੀਆ ਨੇ ਮੈਥੋਂ ਅੱਖ ਫੇਰੀ ਗੁਰਾਂ ਨੇ ਮੇਰੀ ਬਾਹ ਫੜ ਲਈ ਬਲਿਹਾਰ ਨੂੰ ਚੜ੍ਹਨੀ ਲਗਾ ਕੇ ਦਿੱਤਾ ਮਾਣ ਸੇਵਾਦਾਰ ਨੂੰ ਜਾਣਦਾ ਸੀ ਕੌਣ ਇੱਥੇ ਪ੍ਰੀਤ ਬਲਿਹਾਰ ਨੂੰ ਚੜ੍ਹਨੀ ਲਗਾ ਕੇ ਦਿੱਤਾ ਮਾਣ ਸੇਵਾਦਾਰ ਨੂੰ ਬਿਨਾਂ ਨਾਮ ਦੇ ਕੜੀ ਨਾ ਲੰਘੇ ਮੇਰੀ ਗੁਰਾਂ ਨੇ ਮੇਰੀ ਬਾਹ ਫੜ ਲਈ ਮਹਿਮਾ ਸਾਧੂ ਸੰਗ ਕੇ ਸੁਨਹੋ ਮੇਰੇ ਮੀਤਰ ਮਹਿਮਾ ਸਾਧੂ ਸੰਗ ਕੇ ਸੁਨਹੋ ਸਾਧੂ ਸੰਗ ਕੇ
ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ ਮਜਨ ਸੰਗ ਸਾਧੂਆਂ ਕਮੀ ਨੂੰ ਕਮੀ ਨਾ
हम सब ते प्राण पति वेद मिलू दयालु जेड़े वेले मिला मन सरिवाले तुमको मैं तुम दिलू मैं चंद बीचारे ते न बांधु दुख हर ताठा गल होंगी माता इतना जन सोहणे बाबू
बाहो बाहो करे श्री जन सोहणे।
पर जा पूजन आई, तिन पौ पर जा पूजन आई, तिन पौ पर जा पूजन आई, तिन पौ पर जा पूजन आई। बाहो बाहो करे जन सोहने, 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 बाहो बाहो करे जन सोहने। वाहे गुरु मेरे राम राय, तू संता का संत तेरे, मेरे राम राय तू संता का संत तेरे, मेरे राम राय तू संता का संत तेरे, तेरे thank you.
तू संग
नहीं आवे नेरे मेरे राम राय
तन राम दास गुर जिन सिरिया तिने सवारिया तन तन राम दास गुर जिन सिरिया तिने सवारिया
धन राम दास गुर जिन सिरिया दिन सवारिया जिन सिरिया दिन सवारिया जिन सिरिया दिन सवारिया। तू दाता दातार तू दाता दातार तेरा दिता खावना तेरा दिता खावना तू दाता दातार तू दाता दातार सतगुर की बाणी सतगुर की बाणी सत सत कर जानो गुर सिखो
सतगुर की बाणी। सत सत कर जाना गुर सिखो, हर करता आप मोह कढ़ाए, हर करता आप मोह कढ़ाए, हर करता आप मोह कढ़ाए, हर करता आप मोह कढ़ाए। जिन को आप दे वड्याई, जगत पिया प्यान तिन को पैरी पाए। जिन को आप दे वड्याई, जगत पिया प्यान तिन को पैरी पाए। डरिए ता जे किश आप दुखी, जे सब करता अपनी कला बधाए। डरिए ता जे किश आप दुखी, जे सब करता अपनी कला बधाए, अपनी कला बधाए, करता अपनी कला बधाए। सतगुर की बाणी, सतगुर की बाणी, सत सत कर जानो गुर सिखो, हर करता आप मोह कढ़ाए, हर करता आप मोह कढ़ाए, हर करता आप मोह कढ़ाए, हर करता आप मोह कढ़ाए। सच्चे का देखो पाई, ए हो अखाड़ा हर प्रीतम सच्चे का। जिने अपने जोर सब आड़ अपने जोर सब आन निवाए, अपने अपगता की रख करे हर स्वामी। अपने अपगता की रख करे हर स्वामी, निंदका दुष्टा के मोह काले कराए। निंदका दुष्टा के मोह काले कराए, दुष्टा के मोह काले कराए, दुष्टा के मोह काले कराए। सतगुर की बाणी, सतगुर की बाणी, सत सत कर जानो गुर सिखो, हर करता आप मोह कढ़ाए, हर करता आप मोह कढ़ाए, हर करता आप मोह कढ़ाए, हर करता आप मोह कढ़ाए।
ਵਡਿਆਈ ਨਿਤ ਚੜੇ ਸਵਾਈ ਹਰ ਕੀਰਤ ਭਗਤ ਨਿਤ ਆਪ ਕਰਾਏ ਸਤਿਗੁਰ ਕੀ ਵਡਿਆਈ ਨਿਤ ਚੜੇ ਸਵਾਈ ਹਰ ਕੀਰਤ ਭਗਤ ਨਿਤ ਆਪ ਕਰਾਏ ਅਨ ਦਿਨ ਨਾਮ ਜਪੋ ਗੁਰ ਸਿੱਖੋ ਹਰ ਕਰਤਾ ਸਤਿਗੁਰ ਕਰੀ ਵਸਾਏ ਅਨ ਦਿਨ ਨਾਮ ਜਪੋ ਗੁਰ ਸਿੱਖੋ ਹਰ ਕਰਤਾ ਸਤਿਗੁਰ ਕਰੀ ਵਸਾਏ ਸਤਿਗੁਰ ਕਰੀ ਵਸਾਏ ਕਰਤਾ ਸਤਿਗੁਰ ਕਰੀ ਵਸਾਏ ਸਤਿਗੁਰ ਕੀ ਬਾਣੀ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਕਢਾਏ ਹਰ ਕਰਤਾ ਆਪ ਕਢਾਏ ਹਰ ਕਰਤਾ ਆਪ ਕਢਾਏ ਮੈਂ ਹਾਥੀ ਦਾ ਖਰਚਾ ਕਿੱਥੋਂ ਕਰ ਲੈਣਾ
ਜਦੋਂ ਇਹ ਗੱਲ ਆਖੀ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਕਵੀਆ ਚਾਦਰ ਲੈ ਕੇ ਆ, ਤੈਨੂੰ ਹਾਥੀ ਦਾ ਖਰਚਾ ਵੀ ਦੇ ਦਈਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਨਮੁਖ ਇੱਕ ਕਵੀ ਨੇ ਚਾਦਰ ਵਿਛਾਈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕ ਢਾਲ ਮੋਹਰਾਂ ਦੀ ਭਰ ਕੇ ਚਾਦਰ ਦੇ ਵਿੱਚ ਪਾ ਦਿੱਤੀ। ਕਹਿੰਦੇ ਕਵੀਆ ਹਾਥੀ ਜਿੰਨਾ ਚਿਰ ਮਰਜ਼ੀ ਖਾਂਦਾ ਰਵੇ, ਇਹਦੇ ਕੋਲੋਂ ਮੁੱਕਦੇ ਨਹੀਂ। ਦੂਸਰੇ ਕਵੀ ਨਿਰਾਸ਼ ਹੋ ਗਏ, ਇਹ ਸੋਚਣ ਲੱਗ ਪਏ। ਜਦੋਂ ਦੂਸਰੇ ਕਵੀ ਨਾਰਾਜ਼ ਹੋਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਪੁੱਛਦੇ ਆ, ਕਹਿੰਦੇ ਤੁਸੀਂ ਕਿਹੜੀ ਗੱਲ ਤੋਂ ਨਾਰਾਜ਼, ਤੁਸੀਂ ਕਿਹੜੀ ਗੱਲ ਤੋਂ ਪਰੇਸ਼ਾਨ, ਕੀ ਗੱਲ ਹੋ ਗਈ? ਕਹਿਣ ਲੱਗੇ, ਸਤਿਗੁਰੂ ਜੀ, ਅਸੀਂ ਤੇ ਇਹ ਗੱਲ ਸੋਚਦੇ ਹਾਂ, ਅੱਜ ਤੁਸੀਂ ਸੰਗਤਾਂ ਦੇ ਵਿੱਚ ਮੌਜੂਦ ਹੋ, ਕਵੀਆਂ ਨੂੰ ਮਾਇਆ ਦੇ ਨਾਲ ਨਿਵਾਜ ਰਹੇ ਹੋ, ਜਦੋਂ ਤੁਸੀਂ ਸੰਗਤ ਵਿੱਚ ਨਾ ਹੋਏ, ਕਵੀਆਂ ਨੂੰ ਮਾਇਆ ਕੌਣ ਦੇਵੇਗਾ? ਜਦੋਂ ਇਹ ਬਚਨ ਆਖਿਆ ਨਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ, ਸਤਿਗੁਰਾਂ ਹੁਕਮ ਕੀਤਾ। ਕਹਿਣ ਲੱਗੇ, ਕੋਈ ਰਾਗੀ ਹੋਵੇ, ਕੋਈ ਢਾਡੀ ਹੋਵੇ, ਕੋਈ ਕਵੀ ਹੋਵੇ, ਉਹ ਜਦੋਂ ਵੀ ਸਤਿਗੁਰ ਦੀ ਹਜ਼ੂਰੀ ਦੇ ਵਿੱਚ ਬੋਲੇਗਾ, ਉਹਨੂੰ ਗੁਰੂ ਦੀਆਂ ਸੰਗਤਾਂ ਮਾਇਆ ਦਿਆ ਕਰਨਗੀਆਂ। ਆ ਜਿਹੜੀ ਤੁਸੀਂ ਮਾਇਆ ਦਿੰਦੇ ਨਾ, ਇਹ ਵੀ ਮਰਿਆਦਾ ਦੇ ਵਿੱਚ ਬੱਝੀ ਹੋਈ ਗੱਲ ਹੈ। ਜੋ ਕੁਛ ਗੁਰੂ ਨਾਨਕ ਦੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਹੋ ਰਿਹਾ ਨਾ, ਇਹ ਸਾਰਾ ਕੁਝ ਮਰਿਆਦਾ ਦੇ ਵਿੱਚ ਹੈ। ਬਹੁਤੀ ਵਾਰੀ ਅਸੀਂ ਇਹ ਗੱਲ ਆਖ ਦਿੰਦੇ ਹਾਂ ਕਿ ਅਸੀਂ ਬੜੀ ਸ਼ਰਧਾ ਕਰਕੇ ਭਾਵਨਾ ਦੇ ਨਾਲ ਆਏ ਹਾਂ, ਸਾਨੂੰ ਇਨਕਾਰ ਕਰ ਦਿੱਤਾ, ਪਰ ਮਰਿਆਦਾ ਵੀ ਆਪਾਂ ਜ਼ਰੂਰੀ ਰੱਖਣੀ ਆ। ਬੇਨਤੀ ਨੂੰ ਪ੍ਰਵਾਨ ਕਰਿਓ, ਅੰਗਦ ਤੇ ਗੁਰੀ ਅਮਰਦਾ ਤੇਰਾ ਪਰਵਾਸਾ ਤੇ ਡੋਲ ਨਾ ਜਾਵਾਂ ਮੂਲ ਮੈਂ।
ਅੱਜ ਸਾਨੂੰ ਲਲਕਾਰ ਦੇ ਨੇ ਰਾਮਦਾਸ ਰਾਖੋ ਸਰਨਾਈ।
नानक पार उतार
श्री सतनाम करता पुरख, श्री सतनाम करता पुरख, गुर राम दा कित है बसै, गुर राम दा कित है बसै, गुर राम दा कित है बसै, श्री सतनाम करता पुरख, श्री सतनाम करता स्थान माता पंजाब कौर जी का स्थान है पिंड नंगलंबियां दे विच। इस स्थान दे जो मौजूदा सेवादार कद्दी नशीन ओ महंत चेतन दास जी महाराज साढ़े बड़े गुर भाई ने, और इस मेले दी और दूरों दूरों आईया हुई संगतां दी बहुत हर एक प्रकार दे नाल सहयोग करते ने। और मेला आरंभ किस तरह हुंदा है, मेला पहला आरंभ हुंदा है, मेले आरंभता तो पहला गुरु ग्रंथ साहिब महाराज जी ने याद करके गुरु ग्रंथ साहिब महाराज जी दे जाप चलते ने, अखंड जाप चलते ने, उपरांत अखंड जापा की लड़ी का भोग पैंदा है और महापुरशां की पंगत हुंदी है। महापुरशां की पंगत होने तो बाद अगले दिन झंडे की रसम हुई है। झंडे की रसम तो पहला जो सनातन मर्यादा भगवान श्री चंद्र महाराज जी की उस मर्यादा के अनुसार हवन होया है, और हवन तो उपरांत झंडे की रसम हुई है। झंडे की रसम तो बाद संगतां दा बहुत इकट्ठ हुंदा है इस स्थान ते, और ये बहुत तप वाला स्थान है, भगती दा स्थान है, और दूरों दूरों संगतां आउंदियां ने। संगतां दियां हर प्रकार दियां मनिछां पूरियां हुंदियां ने, और मेले दे विच छिंझ लगदी है। छिंझ दा मेला बहुत भरिया है, दूरों दूरों संगतां आईयां ने और संगत दा इत्थे इकट्ठ हुंदा है। और जो महंत जी ने मौजूदा महंत चेतन दास जी उन्होंने अपना कल शिष बनाया है लवप्रीत दास, और लवप्रीत दास जी जेडे ने अगे तो महंत जी दे नाल उन्हां दा सहयोग करनगे, सहयोग करदिया होया इस डेरे नू होर ज़्यादा तरक्कियां दे विच लैके जाणगे। और असी भी यही अरदास करते हैं माता पंजाब कौर जी दे चरणा दे विच भगवान श्री चंद्र महाराज जी दे भी इस डेरे नू दिन दुगनी रात चौगनी तरक्की बख्शो। और दूरों दूरों आउंदियां होईयां जो संगतां ने उन्हां संगतां दीआं हाजरियां लेखे लाउणा, मनोकामनावां पूरियां करनियां। बोलिए जगत गुरु श्री चंद्र देव भगवान की जय, माता पंजाब कौर की जय, सतगुरदेव भगवान की जय।
ਬੋਲ ਗੁਰੂ ਰਾਮ ਰਾਏ ਮਹਾਰਾਜ ਕੀ ਜੈ, ਬੋਲ ਮਾਤਾ ਪੰਜਾਬ ਕੌਰ ਕੀ ਜੈ, ਬੋਲ ਸਾਰੀ ਸਾਧ ਸੰਗਤ ਕੀ ਜੈ। ਜੋ ਜੋ ਸੰਗਤਾਂ ਮੇਲੇ 'ਤੇ ਆਈਆਂ ਉਹਨਾਂ ਨੂੰ ਲੱਖ ਲੱਖ ਵਧਾਈਆਂ। ਸਭ ਦੀਆਂ ਮਾਤਾ ਜੀ ਮਨੋਕਾਮਨਾ ਪੂਰੀਆਂ ਕਰਨ, ਤੰਦਰੁਸਤੀਆਂ ਬਖਸ਼ਣ, ਸਭ ਦੇ ਕਾਰਜ ਰਾਸ ਕਰਨ। ਇੰਨਾ ਕਹਿੰਦੇ ਹੋਏ ਮੈਂ ਵਿਸ਼ਰਾਮ ਦਿੰਦਾ। ਬੋਲ ਗੁਰੂ ਰਾਮ ਰਾਏ ਮਹਾਰਾਜ ਕੀ ਜੈ, ਬੋਲ ਮਾਤਾ ਪੰਜਾਬ ਕੌਰ ਕੀ ਜੈ, ਬੋਲ ਬਾਬਾ ਸ਼੍ਰੀ ਚੰਦਰ ਭਗਵਾਨ ਕੀ ਜੈ, ਬੋਲ ਮਾਤਾ ਪੰਜਾਬ ਕੌਰ ਕੀ ਜੈ, ਗੁਰੂ ਰਾਮ ਰਾਏ ਮਹਾਰਾਜ ਕੀ ਜੈ, ਬੋਲ ਸ਼੍ਰੀ ਚੰਦਰ ਭਗਵਾਨ ਕੀ ਜੈ। ਮੇਰਾ ਨਾਮ ਲਵਪ੍ਰੀਤ ਦਾਸ ਹੈ। ਮੈਨੂੰ ਮਹੰਤ ਚੇਤਨ ਦਾਸ ਜੀ ਨੇ ਆਪਦਾ ਸ਼ਿਸ਼ ਬਣਾਇਆ। ਮੈਂ ਮਨ ਤਨ ਨਾਲ ਸੇਵਾ ਕਰੂੰਗਾ ਅਤੇ ਸਾਰੀ ਸੰਗਤ ਨੂੰ ਮੇਲੇ 'ਤੇ ਆਉਣ ਦੀ ਲੱਖ ਲੱਖ ਵਧਾਈ ਦਿੰਦਾ। ਬੋਲ ਸ਼੍ਰੀ ਚੰਦਰ ਭਗਵਾਨ ਮਹਾਰਾਜ ਕੀ ਜੈ।